ਪਟਾਕੇ ਪਟਾਕੇ ਸੜਕਾਂ ਤੇ ਚਲਾਏ ਪਟਾਕੇ। ਜਦੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਜਪਾ ਨੇ ਟਿਕਟ ਜਾਰੀ ਕੀਤੀ ਤਾਂ ਕੁਝ ਇਸ ਤਰੀਕੇ ਦਾ ਮਾਹੌਲ ਸੀ ਬਸਤੀ ਦਾਨਿਸ਼ ਮੰਦਾ ਦਾ। ਤੁਹਾਨੂੰ ਦੱਸ ਦਈਏ ਕਿ ਕੋਡ ਆਫ ਕੰਡਕਟ ਲੱਗਾ ਹੋਇਆ। ਕੋਡ ਆਫ ਕੰਡਕਟ ਦੇ ਬਾਵਜੂਦ ਜਦੋਂ ਟਿਕਟ ਦਾ ਐਲਾਨ ਹੋਇਆ ਤਾਂ ਸਮਰਥਕਾਂ ਨੇ ਕੁਝ ਇਸ ਅੰਦਾਜ਼ 'ਚ ਖੁਸ਼ੀ ਮਨਾਈ, ਸੜਕਾਂ 'ਤੇ ਉਤਰ ਗਏ। ਕਿਉਂਕਿ ਤੁਹਾਨੂੰ ਦੱਸ ਦਈਏ ਕਿ ਇਸ ਮਾਹੌਲ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਸੜਕਾਂ 'ਤੇ ਆਉਣਾ ਹੁੰਦਾ ਅਤੇ ਘੱਟੋ ਘੱਟ ਚੁਣਾਵ ਆਯੋਗ ਦੀ ਪਰਮਿਸ਼ਨ ਲੈਣੀ ਜ਼ਰੂਰੀ ਹੁੰਦੀ ਹੈ। ਪਰ ਜਦੋਂ ਟਿਕਟ ਦਾ ਐਲਾਨ ਹੋਇਆ ਤਾਂ ਸੁਸ਼ੀਲ ਕੁਮਾਰ ਰਿੰਕੂ ਦੇ ਸਮਰਥਕ ਕੁਝ ਇਸ ਅੰਦਾਜ਼ 'ਚ ਸੜਕਾਂ 'ਚ ਉਤਰ ਆਏ, ਸੜਕਾਂ 'ਤੇ ਢੋਲ ਵਜਾਏ ਗਏ, ਪਟਾਕੇ ਚਲਾਏ ਗਏ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਮਨਾਇਆ ਗਿਆ ਟਿਕਟ ਦਾ ਜਸ਼ਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਜਦੋਂ ਆਪ ਨੇ ਟਿਕਟ ਜਾਰੀ ਕੀਤੀ ਸੀ ਤਾਂ ਉਦੋਂ ਦਫ਼ਤਰਾਂ 'ਚ ਸਨਾਟਾ ਪਸਰ ਗਿਆ ਸੀ। ਯਾਨੀ ਕਿ ਕਿਤੇ ਨਾ ਕਿਤੇ ਪਹਿਲਾਂ ਹੀ ਤੈਅ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਛੱਡ ਦੇਣਗੇ। ਉਹ ਟਿਕਟ ਤੋਂ ਖੁਸ਼ ਨਹੀਂ ਸੀ, ਪਰ ਹੁਣ ਜਦੋਂ ਭਾਜਪਾ ਨੇ ਟਿਕਟ ਦਾ ਐਲਾਨ ਕੀਤਾ ਤਾਂ ਕੁਛ ਇਸ ਅੰਦਾਜ਼ ਦੇ ਵਿੱਚ ਕੋਡ ਆਫ ਕੰਡਕਟ ਦੀ ਵੀ ਨਹੀਂ ਹੋਈ ਪਰਵਾਹ ਪਰਵਾਹ ਪਰਵਾਹ। ਤਨਿਕ ਭੇਲ ਪੰਜਾਬੀ ਟੀਵੀ ਦੇ ਲਈ ਵਰਿੰਦਰ ਸਿੰਘ ਦੀ ਰਿਪੋਰਟ। ਜਿੱਦਾਂ ਹੀ ਐਮ ਪੀ ਸੁਸ਼ੀਲ ਰਿੰਕੂ ਜੀ ਨੂੰ ਟਿਕਟ ਅਲਾਊਂਸ ਹੋਈ ਹੈ, ਉਹਨਾਂ ਦੇ ਦਫ਼ਤਰ ਉਹਨਾਂ ਦੇ ਜਿਹੜੇ ਚਾਹਵਾਨ ਆ ਪਹੁੰਚਣੇ ਸ਼ੁਰੂ ਹੋ ਗਏ ਹਨ। ਸਿੱਧੀਆਂ ਤਸਵੀਰਾਂ ਦਫ਼ਤਰ ਤੋਂ ਉਹਨਾਂ ਦੇ ਆਫਿਸ ਤੋਂ।